Everybody sing that shit. ਹਾਂਜੀ, ਕੀ ਹਾਲ ਸਾਰਿਆਂ ਦਾ? ਆਪਾਂ ਲੋੜ ਚੱਕ ਰਹੇ ਹਾਂ ਜੀ ਸਟੀਲ ਦਾ। ਇੱਕ ਟ੍ਰੇਲਰ ਆਪਣਾ ਲੋਡ ਹੋ ਗਿਆ ਜੀ, ਜ਼ਰਾ ਕਰ ਰਹੇ ਹਾਂ ਸਟੀਲ ਦੀਆਂ ਬਣੀਆਂ ਸ਼ੀਟਾਂ ਅਤੇ ਕੋਇਲਾ ਜੀ। ਜੇ ਟ੍ਰੇਲਰ ਵੀ ਆਲਮੋਸਟ ਹੋ ਗਿਆ ਵਾ। ਲਓ ਜੀ, ਲੋਡ ਆਪਾਂ ਚੱਕ ਲਿਆ। ਮੈਂ ਪੋਲੀ ਪਾ ਕੇ ਉੱਪਰ ਤਾਂ ਕਿ ਆਪਣਾ ਲੋਡ ਭੇਜੇ ਨਾ, ਬੈਲਟਾਂ ਮਾਰ ਲਈਆਂ ਉਹਨੂੰ। ਹੁਣ ਆਪਾਂ ਸਟਾਰਟ ਕਰਦੇ ਹਾਂ ਟਾਰਪਿੰਗ। ਇਹ ਮੈਂ ਪਹਿਲੇ ਟ੍ਰੇਲਰ ਦੀ ਬੈਕ ਸਾਈਡ 'ਤੇ ਖੜ੍ਹਾਂ, ਇੱਥੇ ਆਪਾਂ ਟਾਰਪ ਪਾਵਾਂਗੇ। ਇਹਨੂੰ ਆਪਾਂ ਹੁਣ ਖੋਲ੍ਹ ਲਾਂਗੇ। ਨਵੀਆਂ ਸਾਈਡਾਂ ਨੂੰ ਖੋਲ੍ਹ ਲਾਂਗੇ। ਦੋਵੇਂ ਪਾਸਿਆਂ ਨੂੰ ਦੋਨਾਂ ਬੱਲਿਆਂ ਨੂੰ ਥੱਲੇ ਛੱਡ ਦਿਆਂਗੇ। ਦੋਨੇ ਸਾਈਡਾਂ ਖੁੱਲ੍ਹ ਗਈਆਂ ਆਪਣੀਆਂ। ਇਹ ਬੈਕ ਸਾਈਡ ਹੁਣ ਆਪਾਂ ਨੂੰ ਫਰੰਟ ਤੋਂ ਬੰਨ ਲਾਂਗੇ, ਇਹਨੂੰ ਫੋਲਡ ਕਰ ਲਾਂਗੇ। ਇਹ ਆਪਾਂ ਬੰਜੀ ਆ, ਬੰਜੀ ਪਾ ਕੇ ਇਹ ਸਾਈਡ ਬੰਨ ਤੀ। ਹੁਣ ਆਪਾਂ ਦੂਜੀ ਸਾਈਡ ਆ ਗਏ ਹਾਂ। ਦੂਜੀ ਸਾਈਡ ਵੀ ਸੇਮ, ਆਪਾਂ ਉਹਨੂੰ ਅੰਦਰ ਨੂੰ ਫੋਲਡ ਕਰ ਲੈਣਾ ਅਤੇ ਬੰਜੀ ਨਾਲ ਇਹਨੂੰ ਬੰਨ ਦੇਣਾ। ਇਹਨੂੰ ਥੱਲੇ ਕੁੰਡੇ 'ਚ ਫਸਾ ਕੇ ਬੰਜੀ ਨੂੰ ਅਤੇ ਪਾ ਦੇਣੀ ਆ। ਹਾਂਜੀ, ਹੁਣ ਆਪਾਂ ਦੀ ਬੈਕ ਸਾਈਡ ਬੰਨਾਂਗੇ। ਬੈਕ ਸਾਈਡ 'ਤੇ ਆਪਾਂ ਖਿਆਲ ਨਹੀਂ ਰੱਖਣਾ ਵੀ ਜਿਹੜਾ ਪਿੱਛੇ ਵਾਲਾ ਬੱਲਾ ਉਹਨੂੰ ਆਪਾਂ ਪਹਿਲਾਂ ਬੰਨਣਾ। ਇਹਨੂੰ ਵੀ ਸੇਮ ਉੱਦਾਂ ਹੀ ਬੰਜੀ ਪਾ ਕੇ ਬੰਨ ਲੈਣਾ। ਹੁਣ ਆਪਾਂ ਦੂਸਰੀ ਸਾਈਡ ਬੰਨਦੇ ਹਾਂ। ਹਾਂਜੀ, ਦੂਸਰੀ ਸਾਈਡ ਇੱਦਾਂ ਨੂੰ ਬੰਨ ਲੈਣਾ ਆਪਾਂ। ਹੁਣ ਜਿਹੜੇ ਸਾਈਡਾਂ ਵਾਲੇ ਬੱਲੇ ਆ ਆਪਾਂ ਉਹ ਬੰਨਾਂਗੇ। ਇਹ ਟ੍ਰੇਲਰ ਦੀ ਬੈਕ ਸਾਈਡ ਆ, ਇਹਨੂੰ ਵੀ ਅੰਦਰ ਨੂੰ ਫੋਲਡ ਕਰਕੇ ਉਸੇ ਤਰ੍ਹਾਂ ਇੱਕ ਬੰਜੀ ਪਾ ਲੈਣੀ ਆ। ਹੁਣ ਇੱਧਰਲੇ ਨੂੰ ਫੋਲਡ ਕਰ ਲੈਣਾ। ਇੱਦਾਂ ਬੰਜੀ ਪਾ ਦੇਣੀ ਆ। ਨੱਕ ਬੰਜੀ ਆਪਾਂ ਹੋਰ ਪਾਵਾਂਗੇ ਕਿਉਂਕਿ ਉੱਡੇ ਨਾ ਜਾਂ ਖੁੱਲ੍ਹੇ ਨਾ। ਹੁਣ ਮੈਂ ਪਹਿਲੇ ਟ੍ਰੇਲਰ ਦੇ ਫਰੰਟ 'ਤੇ ਆ ਗਿਆ। ਹੁਣ ਟਾਰਪ ਆਪਾਂ ਇਹ ਪਾਵਾਂਗੇ। ਇਹ ਟਾਰਪ ਛੋਟੀ ਸੀ ਤਾਂ ਕਰਕੇ ਆਪਾਂ ਇੱਕ ਅੱਧੀ ਟਾਰਪ ਹੋਰ ਪਾਈਏ। ਉਹ ਆਪਾਂ ਪਹਿਲਾਂ ਪਾਈਏ, ਇਹ ਆਪਾਂ ਉਦੋਂ ਬਾਅਦ 'ਚ ਪਾਈਆਂ। ਇਹਦੇ ਉੱਪਰ ਆ ਜਾਵਾਂਗੇ, ਜਿੱਦਾਂ ਕਰਾਂਗੇ ਉਹਦੇ 'ਚ ਹਵਾ ਨਹੀਂ ਵੜੂਗੀ। ਆਪਾਂ ਨੂੰ ਖੋਲ੍ਹ ਲੈਂਦੇ ਹਾਂ। ਇੱਧਰਲੀ ਸਾਈਡ ਤੋਂ ਥੱਲੇ ਛੱਡ ਦਿਆਂਗੇ ਅਤੇ ਆਪਾਂ ਨੂੰ ਬਾਅਦ 'ਚੋਂ ਪੂੰਜੀ ਨਾਲ ਬੰਨ ਦਿਆਂਗੇ। ਹੁਣ ਮੈਂ ਇਹਦੇ ਫਰੰਟ 'ਤੇ ਆ ਗਿਆ। ਹੁਣ ਆਪਾਂ ਨੂੰ ਬੰਜੀ ਨਾਲ ਬੰਨਾਂਗੇ। ਹੁਣ ਪਿੱਛੇ ਆਪਾਂ ਜਿਹੜਾ ਪਿਛਲਾ ਬੱਲਾ ਸੀ ਉਹ ਪਹਿਲਾਂ ਬੰਨਿਆ ਸੀ,
ਪਰ ਫਰੰਟ ਤੇ ਪੈੜੀਆਂ ਸਾਈਡਾਂ ਦੀਆਂ ਪਹਿਲਾਂ ਬਣਾਂਗੇ। ਸਾਈਡ ਨੂੰ ਉਦਾਂ ਆਪਾਂ ਪੱਲਾ ਅੰਦਰ ਨੂੰ ਫੋਲਡ ਕਰਕੇ ਮੰਜੀ ਪਾ ਲਾਂਗੇ। ਦੂਸਰੀ ਸਾਈਡ ਫੋਲਡ ਕਰਾਂਗੇ ਇਹਦੀ। ਫਿਰ ਮੰਜੀ ਪਾ ਦਾਂਗੇ। ਇੱਕ ਹੋਰ ਪਾ ਦਿੰਦੇ ਹਾਂ। ਉੱਪਰਲੇ ਵਾਲੇ ਨੂੰ ਆਪਾਂ ਥੱਲੇ ਖੜ ਦਾਂਗੇ, ਇਹਨੂੰ ਆਪਾਂ ਬਾਅਦ ਵਿੱਚ ਬੰਨਣਾ। ਆਪਾਂ ਨੂੰ ਜਿਹੜੀ ਸਾਈਡ ਆ ਦੀ ਪਿਛਲਾ ਪਾਸਾ ਇਸ ਨੂੰ ਬੰਨਾਂਗੇ। ਇਹਨੂੰ ਉਸ ਟਾਈਮ ਉੱਦਾਂ ਹੀ ਫੋਲਡ ਕਰਕੇ ਬੰਨ ਲੈਣੇ। ਬਾਕੀ ਸਾਰੀ ਸਾਈਡ ਫੋਲਡ ਕਰ ਲੈਣੀ ਆਪਾਂ। ਆਪਾਂ ਦੂਸਰੀ ਸਾਈਡ ਆ ਗਏ, ਇਹਨੂੰ ਵੀ ਫੋਲਡ ਕਰਕੇ ਸੇਮ ਉੱਦਾਂ ਹੀ ਬੰਨ ਲੈਣਾ। ਚਲੋ ਜੀ ਆਪਾਂ ਬੰਨਤਾ ਇਹ। ਹੁਣ ਆਪਾਂ ਦੂਸਰੇ ਟ੍ਰੇਲਰ ਦੀ ਟਾਰਪ ਖੋਲ੍ਹਣੀ ਆ। ਇਹ ਟਾਰਪ ਫੁੱਲ ਟ੍ਰੇਲਰ ਦੀ ਹੋਈ ਆ, ਇਹ ਇੱਕ ਨਾਲ ਹੀ ਆਪਣਾ ਸਰ ਜਾਣਾ। ਪਿੱਛੇ ਤੱਕ ਲੈ ਜਾਵਾਂਗੇ। ਦੇਖੋ ਜੀ ਪਿੱਛੇ ਤੱਕ ਆ ਗਈ ਹੈ, ਉਹਨੂੰ ਵੀ ਉੱਦਾਂ ਹੀ ਖੋਲ੍ਹ ਲਵਾਂਗੇ। ਦੋਨੇ ਸਾਈਡਾਂ ਦੀਆਂ ਖੋਲ੍ਹ ਲਾਂਗੇ। ਟਾਰਪ ਆਪਣੀ ਖੁੱਲ੍ਹ ਚੁੱਕੀ ਆ, ਤਾਂ ਪਿੱਛੇ ਵਾਲਾ ਪੱਲਾ ਨੂੰ ਆਪਾਂ ਥੱਲੇ ਛੱਡ ਦਾਂਗੇ। ਹੁਣ ਮੈਂ ਫਰੰਟ 'ਤੇ ਆ ਗਿਆ। ਹੁਣ ਆਪਾਂ ਸੇਮ ਉੱਦਾਂ ਹੀ ਇਹਦਾ ਸਾਈਡਾਂ ਵਾਲੇ ਪੱਲੇ ਪਹਿਲਾਂ ਬੰਨਾਂਗੇ, ਉਹਨੂੰ ਅੰਦਰ ਨੂੰ ਫੋਲਡ ਕਰਕੇ ਮੰਜੀ ਨਾਲ। ਫਿਰ ਦੂਸਰੀ ਸਾਈਡ ਵਾਲੇ ਨੂੰ ਫੋਲਡ ਕਰਕੇ ਇਹਨੂੰ ਬੰਨ ਦਿਆਂਗੇ। ਉੱਪਰ ਵਾਲਾ ਪੱਲਾ ਛੱਡ ਦਿਆਂਗੇ, ਇਹਨੂੰ ਆਪਾਂ ਥੋੜ੍ਹਾ ਜਿਹਾ ਅੰਦਰ ਨੂੰ ਫੋਲਡ ਕਰ ਲੈਂਦੇ ਹਾਂ। ਹੁਣ ਇਹ ਥੱਲੇ ਜਾ ਕੇ ਬੰਨਣਾ ਸੌਖਾ ਹੋ ਗਿਆ। ਹੁਣ ਆਪਾਂ ਚੱਲਦੇ ਹਾਂ ਬੈਕ ਸਾਈਡ 'ਤੇ। ਬੈਕ ਸਾਈਡ ਆ ਇਹਦਾ, ਆਪਾਂ ਜਿਹੜਾ ਪਿਛਲਾ ਪੱਲਾ ਇਹਨੂੰ ਪਹਿਲਾਂ ਬੰਨਾਂਗੇ, ਸੇਮ ਉੱਦਾਂ ਜਿੱਦਾਂ ਆਪਾਂ ਪਹਿਲੇ ਟ੍ਰੇਲਰ ਦਾ ਬੰਨਿਆ ਸੀ। ਇਹਨੂੰ ਵੀ ਆਪਾਂ ਸੇਮ ਉੱਦਾਂ ਹੀ ਫੋਲਡ ਕਰਾਂਗੇ ਬੰਨਾਂਗੇ। ਦੂਸਰੀ ਸਾਈਡ ਹੁਣ ਆਪਾਂ ਇਹਦੀਆਂ ਸਾਈਡਾਂ ਬੰਨਾਂਗੇ। ਸਾਈਡ ਨੂੰ ਫੋਲਡ ਕਰਕੇ ਉੱਧਰ ਮੰਜੀ ਪਾ ਲਾਂਗੇ, ਉੱਧਰਲੀ ਸਾਈਡ ਨੂੰ ਫੋਲਡ ਕਰਕੇ
इसे छुपा देंगे। इसके बाद ऊपर कौन है ताकि उड़े ना। ਸਕੂਲੇ ਜਵਾ ਦਿੰਦੇ ਹਾਂ ਹੁਣ ਆਪਾਂ ਦੀ ਸਾਈਡ ਬੰਨਦੇ ਹਾਂ ਇੱਦਾਂ ਆਪਾਂ ਇਸ ਰੱਸੀ ਨੂੰ ਖਿੱਚੀ ਜਾਣਾ ਅਤੇ ਨਾਲ ਦੀ ਨਾਲ ਹੀ ਆਪਾਂ ਟਰਕ ਨੂੰ ਫੋਲਡ ਕਰੀ ਜਾਣਾ ਇੱਦਾਂ ਆਪਾਂ ਨੂੰ ਫੋਲਡ ਕਰੀ ਜਾਵਾਂਗੇ ਨਾਲ ਦੀ ਨਾਲ ਥੱਲੇ ਗੁੰਡਿਆਂ 'ਚ ਫਸਾਈ ਜਾਵਾਂਗੇ। अपनी एक साइड अपना बनती है कंप्लीट हो गया है। बाद रस्सी अपन थले बन देंगे। फिर डन हूँ अपना दूसरी साइड चलते हैं। इन भी सेम अपना उदा ही बनेंगे। साइड में अंदर न फोल्ड करके रस्सी ने अपना लो जी ये भी अपनी कंप्लीट हो गई। हम अपनी फ्रंट साइड बांध देंगे। ਇਹਨੂੰ ਆਪਾਂ ਬਿਲਕੁਲ ਧਿਆਨ ਨਾਲ ਬੰਨਣਾ ਤਾਂ ਕਿ ਹਵਾ ਨਾ ਵੜੇ। ਹੁਣ ਆਪਾਂ ਆ ਗਏ ਫਰੰਟ ਟ੍ਰੇਲਰ 'ਤੇ। ਇਹ ਦੇਖੋ ਕੁੰਡਿਆਂ ਵਾਲੀ ਪੱਟੀ ਹੈ ਨਹੀਂ ਗੀ ਤਾਂ ਆਪਾਂ ਇਹਨੂੰ ਬੈਲਟਾਂ ਨਾਲ ਹੀ ਸਿਕਿਓਰ ਕਰਾਂਗੇ। ਆਹ ਜਿਹੜਾ ਆਪਾਂ ਟਾਰਪਾਂ ਨਾਲ ਜੋੜ ਸੀ ਇੱਥੇ ਇੱਕ ਬੈਲਟ ਮਾਰ ਦਿਆਂਗੇ ਤਾਂ ਕਿ ਨਿਕਲਣ ਨਾ ਇਹ। ਬਿਲਕੁਲ ਐਂਡ 'ਤੇ ਇੱਕ ਮਾਰ ਦਿਆਂਗੇ। ਹੁਣ ਆਪਾਂ ਦੂਸਰੀ ਸਾਈਡ ਆ ਗਏ ਹਾਂ। ਬੈਲਟ ਨੂੰ ਆਪਾਂ ਹੁਣ ਫੋਲਡ ਕਰ ਲਾਂਗੇ। ਇਹਨੂੰ ਫੋਲਡ ਕਰਕੇ ਸਾਰੀਆਂ ਬੈਲਟ ਨੂੰ ਫੋਲਡ ਕਰ ਲਾਂਗੇ। ਆਪਾਂ ਲੋੜ ਮਾਰ ਨਾਲ ਇਹਨਾਂ ਨੂੰ ਟਾਈਟ ਕਰ ਲਾਂਗੇ ਤਾਂ ਕਿ ਆਪਣੇ ਟਰਪ ਉੱਡੇ ਨੇ। ਟਰਪ ਦਾ ਪੱਲਾ ਉਹਦੇ ਵਿੱਚ ਆ ਗਿਆ ਥੋੜ੍ਹਾ ਜਿਹਾ। ਫਿਰ ਜੇ ਹਵਾ ਵੀ ਪਊਗੀ ਤਾਂ ਇਹ ਉੱਡਦੀ ਨਹੀਂ। ਲਓ ਜੀ ਆਪਾਂ ਸਾਰੀਆਂ ਟਾਈਟ ਕਰ ਦਾਂਗੇ। ਲਓ ਜੀ ਆਪਣੀ ਟਾਰਪਿੰਗ ਡਨ ਹੋ ਗਈ। ਦੋਨੇ ਟ੍ਰੇਲਰਾਂ ਦੇ ਆਪਾਂ ਟਰਪ ਪਾ ਤੀ ਹੈ। ਦੋਨੇ ਸਾਈਡਾਂ ਨੂੰ ਡਨ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ। ਥੈਂਕ ਯੂ।